ਸੁਖਬੀਰ ਸਿੰਘ ਲਿੱਟਾ ਡਿਸਟ੍ਰਿਕਟ ਪ੍ਰਧਾਨ ਭਾਰਤੀ ਕਿਸਾਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਬਲਾਕ ਕਰਤਾਰਪੁਰ ਜ਼ਿਲ੍ਹਾ ਜਲੰਧਰ। ਅੱਜ ਅਸੀਂ ਕੁੰਡਲੀ ਬਾਰਡਰ ਦਿੱਲੀ ਦੇ ਉੱਪਰ ਜਿਹੜਾ ਅੱਜ 9 ਜਨਵਰੀ 2021 ਨੂੰ ਖੜ੍ਹੇ ਹਾਂ। ਸਾਨੂੰ ਇੱਥੇ ਆਇਆ ਨੂੰ ਤਕਰੀਬਨ 1.5 ਮਹੀਨਾ ਹੋ ਗਿਆ। ਜੋ ਪਹਿਲਾਂ 2 ਮਹੀਨੇ ਸਟੇਸ਼ਨ ਕਰਤਾਰਪੁਰ ਜ਼ਿਲ੍ਹਾ ਜਲੰਧਰ ਬੈਠੇ ਰਹੇ ਸੀ, ਹੁਣ ਇੱਥੇ ਮੋਦੀ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਖਿਲਾਫ਼ ਕਾਲੇ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜਿਹੜੇ ਇੱਥੇ ਸਾਰੇ ਭਾਰਤ ਦੇ ਕਿਸਾਨ, ਸਾਰੇ ਪੰਜਾਬ ਦੇ ਕਿਸਾਨ, ਮੇਰਾ ਜ਼ਿਲ੍ਹਾ ਕਪੂਰਥਲਾ ਦੇ ਵੱਖ ਵੱਖ ਪਿੰਡਾਂ ਤੋਂ ਕਿਸਾਨ ਜਿਹੜੇ ਇੱਥੇ ਆਏ ਆ, ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਬੱਲੋਚੱਕ ਨਜ਼ਦੀਕ ਬੇਗੋਵਾਲ ਦੇ, ਜਿਨ੍ਹਾਂ ਨੇ ਇੱਥੇ ਬਹੁਤ ਵੱਡੀ ਪੱਧਰ 'ਤੇ ਜਿਹੜਾ ਗੁਰੂ ਨਾਨਕ ਦਾ 20 ਰੁਪਏ ਦਾ ਲੰਗਰ ਚੱਲ ਰਿਹਾ ਉਹਦੇ 'ਚ ਬੜੀ ਦੇਖੋ ਜਿਹੜਾ ਲੰਗਰ ਆ ਸਾਰਾ ਜਿੰਨਾ ਵੀ ਪਾਣੀ, ਦੁੱਧ, ਆਟਾ ਜਾਂ ਹੋਰ ਇਹਨਾਂ ਨੇ ਬੜੀਆਂ ਰਸਤ ਭੇਜੀ ਆ ਜਾਂ ਹੋਰ ਆਰਥਿਕ ਜਿਹੜੀ ਮਦਦ ਭੇਜੀ ਆ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਜੀ ਆਇਆ ਉਹਨੂੰ ਕਹਿੰਦੇ ਆ। ਔਰ ਦੇਖੋ ਜਿਹੜੇ ਸਾਡੇ ਬਾਕੀ ਕਿਸਾਨ ਪਿੰਡਾਂ ਦੇ ਵਿੱਚ ਜਾਂ ਬੀਬੀਆਂ ਰਜਾਈਆਂ ਲੈ ਕੇ ਸੁੱਤੇ ਆ ਉਹ ਬਾਹਰ ਨਿਕਲੋ, ਦਿੱਲੀ ਆਓ। ਜਿਹੜਾ ਬੀਜੇਪੀ ਸਰਕਾਰ ਆ ਇਹ ਕਿਸਾਨਾਂ ਦਾ ਬਹੁਤ ਵੱਡਾ ਪੱਧਰ 'ਤੇ ਨੁਕਸਾਨ ਕਰ ਰਿਹਾ, ਇਸ ਕਰਕੇ ਤੁਸੀਂ ਸਾਰੇ ਇੱਥੇ ਦਿੱਲੀ ਜਿਹੜਾ ਕੁੰਡਲੀ ਬਾਰਡਰ 'ਤੇ ਪਹੁੰਚੋ। ਆਪਾਂ ਇੱਥੋਂ ਜਿੱਤ ਕੇ ਜਾਣਾ, ਦਿੱਲੀ ਤੋਂ ਜਿੱਤ ਕੇ ਫਿਰ ਪੰਜਾਬ ਨੂੰ ਜਾਣਾ। ਜੋ ਸਾਡੇ ਕੋਲ 6 ਮਹੀਨੇ ਦਾ ਸਾਲ ਦਾ ਰਾਸ਼ਨ ਪਿਆ, ਮੈਂ ਖਾਸ ਕਰਕੇ ਐਨਆਰਈ ਵੀਰਾਂ ਨੂੰ ਬੇਨਤੀ ਕਰਨਾ, ਘਬਰਾਇਓ ਨਾ, ਸਾਡਾ ਕੋਈ ਸਿਆਸੀ ਮੁੱਦਾ ਨਹੀਂ, ਸਿਆਸੀ ਲੋਕਾਂ ਨੂੰ ਅਸੀਂ ਨਕਾਰ ਰਿਹਾ। ਦੇਖੋ ਹੁਣ ਤੱਕ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਸੀ ਇਹਨਾਂ ਲੋਕਾਂ ਨੇ ਫੇਲ ਕਰਨਾ ਸੀ, ਤੇ ਤੁਸੀਂ ਜਿਹੜਾ ਪੰਜਾਬ 'ਚ ਸਾਰੇ ਜਿੰਨੇ ਬੈਠੇ ਹੋ, ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਅਬਾਨੀ ਅਡਾਨੀ ਮੁਰਦਾਬਾਦ, ਬੀਜੇਪੀ ਸਰਕਾਰ ਮੁਰਦਾਬਾਦ, ਜੀਓ ਟਾਵਰ ਮੁਰਦਾਬਾਦ, ਜੀਓ ਟਾਵਰ ਮੁਰਦਾਬਾਦ, ਜੀਓ ਸਿਮਾ ਮੁਰਦਾਬਾਦ, ਲਾਈਟ ਪੰਪ ਮੁਰਦਾਬਾਦ, ਬੋਲੇ ਸੋਨ ਹੋ ਸੋਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਦਾ ਨਹੀਂ ਐਂਦਾ।